ਬਦਮਾਸ਼ਾਂ ਦੇ ਵੱਲੋਂ ਇੱਕ ਦੁਕਾਨਦਾਰ ਨੂੰ ਡਰਾ ਧਮਕਾ ਕੇ ਲੁੱਟਣ ਦਾ ਮਾਮਲਾ ਸਾਹਮਣੇ ਆਇਆ। ਜਾਣਕਾਰੀ ਮੁਤਾਬਿਕ ਕਿਹਾ ਜਾ ਰਿਹਾ ਹੈ ਕਿ ਇੱਕ ਇਲੈਕਟ੍ਰੋਨਿਕਸ ਦੀ ਦੁਕਾਨ ਦੇ ਮਾਲਕ ਨੂੰ ਪਹਿਲਾਂ ਤਾਂ ਲੁਟੇਰਿਆਂ ਦੇ ਵੱਲੋਂ ਡਰਾਇਆ ਧਮਕਾਇਆ ਗਿਆ ਅਤੇ ਫਿਰ ਉਸ ਤੋਂ ਬਾਅਦ ਲੁੱਟ ਖੋਹ ਕਰਕੇ ਮੌਕੇ ਤੋਂ ਫਰਾਰ ਹੋ ਗਏ। ਦਰਅਸਲ ਮਾਮਲਾ ਲੁਧਿਆਣਾ ਦੇ ਸ਼ੇਰਪੁਰ ਇਲਾਕੇ ਤੋਂ ਸਾਹਮਣੇ ਆਇਆ, ਜਿੱਥੇ ਕਿ ਇੱਕ ਇਲੈਕਟ੍ਰੋਨਿਕਸ ਦੇ ਦੁਕਾਨ ਦੇ ਮਾਲਕ ਤੋਂ ਪਹਿਲਾਂ ਤਾਂ ਤਿੰਨ ਲੁਟੇਰਿਆਂ ਦੇ ਵੱਲੋਂ ਡਰਾ ਧਮਕਾ ਕੇ ਲੁੱਟ ਖੋਹ ਕੀਤੀ ਜਾਂਦੀ ਹੈ ਅਤੇ ਫਿਰ ਉਸ ਤੋਂ ਬਾਅਦ ਉਸਨੂੰ ਧਮਕੀਆਂ ਦੇ ਕੇ ਮੌਕੇ ਤੋਂ ਫਰਾਰ ਹੋ ਜਾਂਦੇ ਨੇ। ਤਾਂ ਦੱਸ ਦਈਏ ਕਿ ਜੋ ਲੁੱਟ ਖੋਹ ਦੀ ਵਾਰਦਾਤ ਸੀ ਉਹ CCTV ਦੇ ਵਿੱਚ ਵੀ ਕੈਦ ਹੋਈ ਹੈ। ਤਸਵੀਰਾਂ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਦੁਕਾਨਦਾਰ ਦੇ ਨਾਲ ਇਹ ਲੁਟੇਰੇ ਲੜਦੇ ਹੋਏ ਵੀ ਨਜ਼ਰ ਆ ਰਹੇ ਨੇ। ਦੁਕਾਨਦਾਰ ਦਾ ਕਹਿਣਾ ਕਿ ਇਸ ਤੋਂ ਪਹਿਲਾਂ ਵੀ ਉਸਨੂੰ ਫੋਨ ਕਰਕੇ 10,000 ਰੁਪਏ ਦੀ ਇੱਕ ਰੰਗਦਾਰੀ ਮੰਗੀ ਗਈ ਸੀ, ਪਰ ਉਸਨੇ ਜਦੋਂ ਨਹੀਂ ਦਿੱਤੀ ਤਾਂ ਜੋ ਲੁਟੇਰੇ ਸੀ ਉਹ ਦੁਕਾਨ 'ਤੇ ਹੀ ਆ ਗਏ। ਹਾਲਾਂਕਿ ਉਹਨਾਂ ਦੇ ਵਿੱਚੋਂ ਦੀ ਇੱਕ ਲੁਟੇਰੇ ਨੇ ਆਪਣੇ ਆਪ ਨੂੰ DSP ਦਾ ਬੇਟਾ ਦੱਸਿਆ, ਜਦਕਿ ਉਸਦਾ ਕਹਿਣਾ ਕਿ ਉਹ ਹੋਰ ਵੀ ਉੱਚ ਅਧਿਕਾਰੀ ਜੋ ਨੇ ਪੁਲਿਸ ਦੇ ਉਹਨਾਂ ਦੇ ਨਾਲ ਵੀ ਉਸਦੀ ਚੰਗੀ ਜਾਣ ਪਛਾਣ ਹੈ। ਤਾਂ ਇਹ ਗੱਲਾਂ ਕਹਿ ਕੇ ਦੁਕਾਨਦਾਰ ਦੇ ਕੋਲੋਂ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਤਾਂ ਮਾਮਲਾ ਲੁਧਿਆਣਾ ਦੇ ਸ਼ੇਰਪੁਰ ਇਲਾਕੇ ਤੋਂ ਸਾਹਮਣੇ ਆਇਆ, ਜਿੱਥੇ ਕਿ DSP ਦਾ ਬੇਟਾ ਦੱਸ ਕੇ ਲੁਟੇਰੇ ਨੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਸਰ, ਰਾਜਾ ਭਾਅ ਜੀ ਮੇਰੇ ਕੋਲ ਖੜ੍ਹੇ ਨੇ, ਇਹਨਾਂ ਦਾ ਮੇਰਾ ਲੈਣ ਦੇਣ ਦਾ ਹਿਸਾਬ ਕਿਤਾਬ ਹੈ। ਮੇਰੇ ਕੋਲ ਪੈਸੇ ਲੈਣ ਆਏ ਸੀਗੇ, ਪਿੱਛੋਂ 3 ਮੁੰਡੇ ਆਉਂਦੇ ਆ, ਇੱਕ ਦਾ ਨਾਮ ਰਾਜਾ, 2 ਅਦਰ ਬੰਦੇ ਸੀਗੇ, ਉਹਨਾਂ ਨੂੰ ਮੈਂ ਨਹੀਂ ਜਾਣਦਾ। ਉਹ ਆ ਕੇ ਦੁਕਾਨ 'ਤੇ ਧੱਕੇਸ਼ਾਹੀ ਕਰਦੇ ਆ ਕਿ ਮੈਨੂੰ ਮੋਬਾਈਲ ਦੇ, ਨਹੀਂ ਤੈਨੂੰ ਗੋਲੀ ਮਾਰ ਦਾਂਗੇ, ਨਹੀਂ ਦਿੱਤੇ, ਠੀਕ ਹੈ ਜੀ। ਇਹਨਾਂ ਨਾਲ ਉਹ ਤੋਂ ਬਾਅਦ ਰਾਜਾ ਭਾਅ ਜੀ ਖੜ੍ਹੇ ਆ, ਇਹਨਾਂ ਨਾਲ ਬਹਿਸ ਵਸਾਈ ਹੁੰਦੀ ਹੈ, ਹੱਥੋਂ ਪਾਈ ਕਰਦੇ ਨੇ। ਹੱਥੋਂ ਪਾਈ ਕਰਨ ਤੋਂ ਬਾਅਦ ਪਿੱਛੇ ਮੇਰੀ ਦੁਕਾਨ 'ਤੇ ਵੀ ਤੋੜਫੋੜ ਕਰਦੇ ਨੇ ਉਹ। ਹਾਲਾਂਕਿ ਮੇਰਾ ਉਹਨਾਂ ਨਾਲ ਕੋਈ ਲੈਣ ਦੇਣ ਨਹੀਂ ਹੈਗਾ। ਦੁਕਾਨ 'ਤੇ 4-5 ਦਿਨ ਪਹਿਲਾਂ ਵੀ ਉਹਨਾਂ ਨਾਲ ਮੇਰੇ ਕੋਲ ਕਾਲ ਆਈ ਕਿ ਲੱਕੀ ਮੈਨੂੰ 10,000 ਰੁਪਏ ਕਰਾ, ਨਹੀਂ ਵੀ ਤੇਰੇ ਘਰੇ ਆ ਜੂੰਗਾ, ਇਹ ਕਰ ਦੂੰਗਾ, ਉਹ ਕਰ, ਸਾਰੇ ਸਰ ਧੱਕੇਸ਼ਾਹੀ ਕਰ ਰਹੇ ਮੇਰੇ ਨਾਲ ਆ ਕੇ। ਤੁਹਾਡੇ ਕੋਲ ਕਾਹਦੇ 10,000 ਰੁਪਏ ਮੰਗਦੇ? ਧੱਕੇਸ਼ਾਹੀ ਸਰ, ਕੋਈ ਪਹਿਲਾਂ ਅੱਜ ਤੋਂ 5-6 ਸਾਲ ਪਹਿਲਾਂ ਉਹਨਾਂ ਦਾ ਤਾਏ ਦਾ ਮੁੰਡਾ ਗੁੱਲੂ ਮੇਰੇ ਕੋਲ ਦੁਕਾਨ 'ਤੇ ਆ ਕੇ ਬਹਿੰਦੇ ਸੀਗੇ, ਉਹਨਾਂ ਥਰੂ ਇਹ ਮੇਰੇ ਕੋਲ ਆ ਕੇ ਯਾਰੀ ਦੋਸਤੀ ਇਹਨਾਂ ਨਾਲ ਪਈ। ਉਸ ਤੋਂ ਬਾਅਦ ਇਹਨਾਂ ਨਾਲ ਗਲਤ ਸੰਗਤ 'ਚ ਪੈ ਗਏ, ਉਹਨਾਂ ਨਾਲ ਮੇਰੀ ਬੋਲਚਾਲ ਬੰਦ ਹੋ ਗਈ ਬਿਲਕੁਲ ਵੀ, ਠੀਕ ਹੈ ਜੀ। ਉਸ ਤੋਂ ਬਾਅਦ ਇਹਨਾਂ ਪਰਚੇ ਪਏ, ਆਪਣਾ ਕਾਟਾ ਵੱਜ ਗਿਆ ਸੀਗਾ। ਹੁਣ ਜੇਲ੍ਹ ਤੋਂ ਆਉਣ ਤੋਂ ਬਾਅਦ ਦੀਵਾਲੀ 'ਤੇ ਮੇਰੇ ਕੋਲ ਆਏ ਆ, ਕਹਿੰਦੇ ਲੱਕੀ ਮੈਨੂੰ ਸਮਾਨ ਚਾਹੀਦਾ, ਮੈਂ ਜੇਲ੍ਹੋਂ ਆਇਆ, ਥੋੜ੍ਹਾ ਬਹੁਤ ਸਮਾਨ ਚਾਹੀਦਾ ਘਰ ਵਾਸਤੇ, 30-35 ਹਜ਼ਾਰ ਰੁਪਏ ਮੇਰੇ ਕੋਲ ਦੁਕਾਨ ਤੋਂ ਸਮਾਨ ਲੈ ਕੇ ਗਏ, ਹੋਮ ਥੀਏਟਰ ਵਗੈਰਾ, ਮੋਬਾਈਲ ਵਗੈਰਾ ਲੈ ਕੇ ਗਏ ਸੀਗੇ ਕਿ ਤੁਹਾਨੂੰ ਕਿਸ਼ਤਾਂ 'ਤੇ ਪੈਸੇ ਦੇ ਦਾਂਗੇ ਨਾ, ਤਾਂ ਉਹਨਾਂ ਨੇ ਉਹ ਪੈਸੇ ਦਿੱਤੇ। ਉਸ ਤੋਂ ਬਾਅਦ ਉਹ ਦੁਬਾਰਾ ਫਿਰ 3-4 ਦਿਨ ਬਾਅਦ ਆਏ, ਲੱਕੀ ਮੋਬਾਈਲ ਦੇ। ਮੈਂ ਕਿਹਾ ਭਰਾਵਾ ਮੈਂ ਮੋਬਾਈਲ ਨਹੀਂ ਦੇ ਸਕਦਾ, ਠੀਕ ਹੈ, ਮੇਰੇ ਵੀ ਬੱਚੇ ਨੇ, ਮੈਂ ਵੀ ਆਪਣਾ ਕਾਰੋਬਾਰ ਦੇਖਣਾ। ਉਸ ਤੋਂ ਬਾਅਦ ਲਗਾਤਾਰ ਦਿਨ 'ਤੇ ਦਿਨ ਧੱਕੇਸ਼ਾਹੀ ਕਰ ਰਹੇ ਆ, ਮਾਰ ਕੁਟਾਈ ਕਰਦੇ ਪਏ ਦੁਕਾਨ ਦੇ ਵਿੱਚ ਆ ਕੇ। ਅੱਜ ਦੁਕਾਨ ਦੇ ਵਿੱਚ ਜਾ ਕੇ ਤੁਸੀਂ ਦੇਖ ਸਕਦੇ ਹੋ ਕਿੰਨੀ ਤੋੜ ਫੋੜ ਕੀਤੀ ਹੈ ਦੁਕਾਨ ਦੇ ਵਿੱਚ ਆ ਕੇ। ਇੱਕ ਬੰਦਾ ਤੁਹਾਨੂੰ ਕਹਿੰਦਾ ਮੈਂ ਮੁਲਾਜ਼ਮ ਦਾ? ਹਾਂਜੀ, ਇੱਕ ਉਸ ਮੁੰਡੇ ਦਾ ਨਾਮ ਕੀ ਹੈਗਾ? ਉਸ ਮੁੰਡੇ ਦਾ ਨਾਮ ਨਾਮ ਸਾਨੂੰ ਉਹਦਾ ਪਤਾ ਨਹੀਂ, ਨਾਮ ਨਹੀਂ ਪਤਾ ਹੈਗਾ ਉਹ ਮੁੰਡੇ ਦਾ, ਠੀਕ ਹੈ। ਕਿਹੜੇ ਮੁਲਾਜ਼ਮ ਦਾ ਕਹਿ ਰਹੇ? DSP ਦਾ ਮੁੰਡਾ, ਕਹਿੰਦਾ DSP ਮੇਰਾ ਪਿਓ ਹੈ, DGP ਮੇਰਾ ਫੁੱਫੜ ਹੈ। ਅੱਛਾ, ਹਾਂਜੀ। ਅਤੇ ਅਸੀਂ ਉਹ ਕਹਿੰਦਾ ਫੋਟੋ ਦਿਖਾਓ ਸਾਡੇ ਕੋਲ ਨਜਾਇਜ਼ ਅਸਲੇ ਨੇ। ਉਹ ਮੋਬਾਈਲ 'ਚ ਫੋਟੋ ਕੱਢ ਕੇ ਦਿਖਾਉਣ ਲੱਗਾ ਇਹਨਾਂ ਨੂੰ। ਰਾਜਾ ਬਜਾਜ ਜਿਹੜਾ ਹੈਗਾ, ਰਾਜਾ ਬਜਾਜ ਪਿੱਛੋਂ ਆਇਆ, ਆ ਕੇ ਸਰਦਾਰ ਜੀ ਨਾਲ ਹੱਥੋਂ ਬਾਈ ਕੀਤੀ, ਪੂਰਾ ਕਲੇਰਾ ਪਾਇਆ ਉਹਨਾਂ ਨੇ ਆ ਕੇ। ਸਮਾਨ ਵੀ ਲੈ ਕੇ ਗਏ? ਸਮਾਨ ਮੇਰੀ ਦੁਕਾਨ 'ਚੋਂ ਇੱਕ ਮੋਬਾਈਲ ਚੱਕ ਕੇ ਲੈ ਕੇ ਗਏ ਆ ਅਤੇ ਮਾਈਕਰੋਵੇਵ ਚੱਕ ਕੇ ਲੈ ਕੇ ਗਏ ਆ। ਗੱਲੇ 'ਚ ਕਿੰਨੇ ਪੈਸੇ ਸੀਗੇ ਇਹ ਮੈਨੂੰ ਨਹੀਂ ਪਤਾ, ਗੱਲੇ 'ਚ ਪੈਸੇ ਲੈ ਕੇ ਗਏ। ਇੱਥੇ ਬਾਹਰੋਂ ਬੰਦੇ ਆ ਕੇ ਉਲਟੀ ਸਿੱਧੀ ਹਰਕਤ ਕਰਦੇ ਨੇ, ਲੁੱਟਮਾਰ ਕਰਦੇ ਨੇ, ਉਹ ਤੋਂ ਸਾਡਾ ਬਚਾਅ ਕੀਤਾ ਜਾਵੇ, ਇੱਥੇ ਕੋਈ ਪੁਲਿਸ ਦਾ ਕੋਈ ਪਹਿਰਾ ਲਾਇਆ ਜਾਵੇ ਜਾਂ ਇੱਥੇ ਪੁਲਿਸ ਦੀ ਦਸਤ ਵਧਾਈ ਜਾਵੇ ਇੱਥੇ, ਅਤੇ ਪਲੱਸ ਇੱਥੇ ਅੱਜ ਦੁਕਾਨ 'ਤੇ ਇਹਨਾਂ ਤੋਂ ਸਮਾਨ ਚੱਕ ਲਏ, ਕੋਈ ਅਣਪਛਾਤੇ ਬੰਦੇ ਜਿਹੜੇ ਸੀ, ਅਣਪਛਾਤੇ ਬੰਦੇ ਸਮਾਨ ਚੱਕ ਲਏ, ਮਾਰੀ ਇਹਨਾਂ ਨੂੰ ਵੀ, ਅਤੇ ਇਹਨਾਂ ਨੂੰ ਸਿੱਟਾਂ ਮਾਰੀਆਂ ਅਤੇ ਇਦੋਂ ਸਮਾਨ ਵੀ ਲੁੱਟ ਕੇ ਲੈ ਰਹੇ ਹੋ, ਅਤੇ ਸਾਡਾ ਬਚਾਅ ਕੀਤਾ ਜਾਵੇ। ਪ੍ਰਸ਼ਾਸਨ ਨੂੰ ਅਸੀਂ ਗੁਜ਼ਾਰਿਸ਼ ਕਰਦੇ ਹਾਂ ਵੀ ਸਾਡਾ ਇੱਥੇ ਕੋਈ ਪਹਿਰਾ ਲਾਇਆ ਜਾਵੇ ਜਾਂ ਕੋਈ ਪੁਲਿਸ ਦਾ ਮਤਲਬ ਬੰਦੋਬਸਤ ਦਿੱਤਾ ਜਾਵੇ।